ਫਿਰੋਜ਼ਪੁਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕਰਦਿਆਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 7 ਕਿਲੋ ਹੀਰੋਇਨ, 36 ਲੱਖ ਰੁਪਏ ਦੀ ਡਰੱਗ ਮਣੀ, 3 ਪਿਸਤੌਲ, 1 ਰਾਈਫਲ, 20 ਜਿੰਦਾ ਰੋਂਦ ਸਮੇਤ ਮੈਗਜ਼ੀਨ ਅਤੇ 1 ਕਾਰ ਬਰਾਮਦ ਕੀਤੀ ਹੈ। ਸ਼੍ਰੀਮਤੀ ਸੋਮਿਆ ਮਿਸਰਾ SSP ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਆਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਫਿਰੋਜ਼ਪੁਰ ਪੁਲਿਸ ਦੁਆਰਾ ਜ਼ਿਲ੍ਹੇ ਦੇ ਸਮੂਹ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸਤੈਦੀ ਨਾਲ ਪੂਰੇ ਏਰੀਏ ਅੰਦਰ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਕਰ ਰਹੀਆਂ ਹਨ। ਇਸ ਮੁਹਿੰਮ ਤਹਿਤ ਸ਼੍ਰੀ ਰਣਧੀਰ ਕੁਮਾਰ IPS ਕਪਤਾਨ ਪੁਲਿਸ ਫਿਰੋਜ਼ਪੁਰ ਅਤੇ ਸ਼੍ਰੀ ਬਲਕਾਰ ਸਿੰਘ DSP D ਫਿਰੋਜ਼ਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਭਜੀਤ ਸਿੰਘ, ਇੰਚਾਰਜ CIS ਸਟਾਫ ਫਿਰੋਜ਼ਪੁਰ ਸਮੇਤ ਪੁਲਿਸ ਪਾਰਟੀ ਗਸ਼ਤ ਵ ਚੈਕਿੰਗ ਛੱਕੀ ਪੁੱਛਣ ਦੇ ਸੰਬੰਧ ਵਿੱਚ ਸਦਰੇ ਏਰੀਏ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਨਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਕਮਾਲੇਵਾਲਾ ਥਾਣਾ ਸਦਰ ਫਿਰੋਜ਼ਪੁਰ, ਭੁਵਨੇਸ਼ ਚੋਪੜਾ ਪੁੱਤਰ ਹੀਰਾ ਲਾਲ ਵਾਸੀ ਦਿੱਲੀ ਗੇਟ ਹਾਲ ਕਨੇਡਾ ਅਤੇ ਰੋਹਿਤ ਸੇਠੀ ਪੁੱਤਰ ਰਮਨ ਸੇਠੀ ਵਾਸੀ ਮੁਹੱਲਾ ਧਰਮਪੁਰਾ ਸਿਟੀ ਫਿਰੋਜ਼ਪੁਰ ਆਪਸ ਵਿੱਚ ਰਲ ਕੇ ਪਾਕਿਸਤਾਨ ਸਮੱਗਲਰਾਂ ਨਾਲ ਮਿਲ ਕੇ ਵੱਡੇ ਪੱਧਰ 'ਤੇ ਹੀਰੋਇਨ ਦੀ ਸਪਲਾਈ ਕਰਦੇ ਹਨ। ਪੁਲਿਸ ਪਾਰਟੀ ਦੁਆਰਾ ਮਨਜੀਤ ਸਿੰਘ ਉਰਫ ਮਣੀ ਨੂੰ ਕਾਰ ਲੈਟਰਾ ਰੰਗ ਚਿੱਟਾ ਬਿਨਾਂ ਨੰਬਰੀ ਸਮੇਤ ਕਾਬੂ ਕਰਕੇ ਕਾਰ ਦੀ ਅਤੇ ਮਨਜੀਤ ਸਿੰਘ ਉਰਫ ਮਣੀ ਦੀ ਤਲਾਸ਼ੀ ਕਰਨ 'ਤੇ 7 ਕਿਲੋਗ੍ਰਾਮ ਹੀਰੋਇਨ, 36 ਲੱਖ ਰੁਪਏ ਡਰੱਗ ਮਣੀ, 1 ਪਿਸਟਲ, 32 ਬੋਰ ਸਮੇਤ 1 ਮੈਗਜ਼ੀਨ, 5 ਜਿੰਦਾ ਰੋਂਦ ਅਤੇ 1 ਆਈਫੋਨ, 1 ਕਾਰ ਅਲਟਰਾ ਬਿਨਾਂ ਨੰਬਰੀ ਬਰਾਮਦ ਕੀਤੀ ਹੈ, ਜਿਸ 'ਤੇ ਮਨਜੀਤ ਸਿੰਘ ਭੁਵਨੇਸ਼ ਚੋਪੜਾ ਉਰਫ ਅਸੀਸ ਰੋਹਿਤ ਸੇਠੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਦੋਸ਼ੀ ਮਨਜੀਤ ਸਿੰਘ ਉਰਫ ਮਣੀ ਦੀ ਨਿਸ਼ਾਨਦੇਹੀ 'ਤੇ ਦੂਸਰੇ ਦੋਸ਼ੀ ਦੇ ਘਰੋਂ 2 ਪਿਸਤੌਲ, 30 ਬੋਰ ਸਮੇਤ 5 ਜਿੰਦਾ ਰੋਂਦ, 1 ਰਾਈਫਲ, 315 ਬੋਰ ਸਮੇਤ ਮੈਗਜ਼ੀਨ, 5 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਦੇਖੋ ਖਾਸ ਤਸਵੀਰਾਂ ਫਿਰੋਜ਼ਪੁਰ ਤੋਂ ਸੋਨੂੰ ਅਟਵਾਲ ਦੇ ਨਾਲ। ਨਸ਼ਾ ਫੜਿਆ ਗਿਆ, ਕਿੰਨਾ ਫੜਿਆ ਗਿਆ, ਕਿੰਨੇ ਬੰਦੇ ਫੜੇ ਗਏ ਔਰ ਡਰੱਗ ਮਨੀ ਕਿੰਨੀ ਫੜੀ ਗਈ ਹੈ? ਜੀ ਮੈਮ, 14 ਅਪ੍ਰੈਲ 2024 ਕੋ ਸਾਡੇ SP ਇਨਵੈਸਟੀਗੇਸ਼ਨ ਰਣਧੀਰ ਕੁਮਾਰ, ਡਿਪਟੀ SP D ਬਲਕਾਰ ਸਿੰਘ ਜੀ ਅਤੇ ਪੂਰੀ CIA ਟੀਮ ਅਤੇ ਸਦਰ ਫਿਰੋਜ਼ਪੁਰ ਟੀਮ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਟੋਟਲ ਇਹਨਾਂ ਨੇ ਇੱਕ ਬੰਦੇ ਨੂੰ ਕਾਬੂ ਕਰਕੇ ਉਸੇ 7 ਕਿਲੋਗ੍ਰਾਮ ਹੀਰੋਇਨ, 36 ਲੱਖ ਰੁਪਏ ਡਰੱਗ ਮਨੀ, 1 ਪਿਸਟਲ, 32 ਬੋਰ, 1 ਰਾਈਫਲ, 315 ਬੋਰ, 2 ਪਿਸਟਲ, 30 ਬੋਰ ਅਤੇ 4 ਮੈਗਜ਼ੀਨ, 20 ਰਾਊਂਡ ਔਰ 1 ਇਲੈਕਟ੍ਰਾ ਕਾਰ ਬਰਾਮਦ ਕੀਤੀ ਹੈ। ਇਹ ਟੋਟਲ ਰਿਕਵਰੀ ਹੈ ਇਸ ਕੇਸ ਦੀ। ਜਿਹੜਾ ਦੋਸ਼ੀ ਹੈ ਉਸ 'ਤੇ ਆਲਰੇਡੀ ਪੁਰਾਣੇ ਵੀ 3 ਪਰਚੇ ਦਰਜ ਹੈ, ਉਸ 'ਤੇ ਸੇ 1 ਮਰਡਰ ਅਤੇ ਦੂਜਾ ਲੜਾਈ ਝਗੜੇ ਦਾ ਅਤੇ ਪ੍ਰਿਜ਼ਨ ਸੈਕਟ 'ਤੇ ਪਰਚੇ ਦਰਜ ਹੈ। ਹੁਣ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਇਨ ਸਭ ਦੇ ਫਾਰਵਰਡ ਅਤੇ ਬੈਕਵਰਡ ਲਿੰਕਜਸ ਅਸੀਂ ਪੂਰੀ ਤਰ੍ਹਾਂ ਟਰੇਸ ਕਰੇ ਔਰ ਜੋ ਬਾਕੀ ਬੰਦੇ ਵੀ ਇਹਦੇ ਵਿੱਚ ਸ਼ਾਮਿਲ ਸੀਗੇ ਉਹਨਾਂ ਸਭ ਨੂੰ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰੇ। ਮੈਮ, ਟੋਟਲ ਕਿੰਨੇ ਦੇ ਪਰਚਾ ਦਰਜ ਹੋਇਆ ਜੀ ਤੇ ਹੀਰੋਇਨ ਜਿਹੜੀ ਹੈ? ਟੋਟਲ 3 ਬੰਦੋਂ 'ਤੇ ਪਰਚਾ ਦਰਜ ਹੋਇਆ ਹੈ ਔਰ ਜੋ ਹੀਰੋਇਨ ਹੈ ਉਹ ਟੋਟਲ 7 ਕਿਲੋਗ੍ਰਾਮ ਹੀਰੋਇਨ ਹੁਣ ਤੱਕ ਬਰਾਮਦ ਹੋ ਚੁੱਕੀ ਹੈ। ਕਿੱਥੋਂ ਦਾ ਰਹਿਣ ਵਾਲਾ ਜੀ? ਇਹ ਬੰਦਾ ਸਦਰ ਫਿਰੋਜ਼ਪੁਰ ਅਤੇ ਸਿਟੀ, ਇਹ ਤਿੰਨੋਂ ਬੰਦੇ ਸਦਰ ਫਿਰੋਜ਼ਪੁਰ ਅਤੇ ਸਿਟੀ ਫਿਰੋਜ਼ਪੁਰ ਏਰੀਆ ਦੇ ਰਹਿਣ ਵਾਲੇ ਨੇ। ਜਿਹੜਾ ਮੇਨ ਦੋਸ਼ੀ ਹੈ ਉਹ ਸਿਟੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, ਉਹਦੀ ਉਮਰ ਲਗਭਗ 27-28 ਸਾਲ ਹੈ ਜੀ। ਵੀ ਦੱਸਿਆ ਜਾ ਰਿਹਾ ਕਿ ਸਰਗਨਾ ਜਿਹੜਾ ਕੈਨੇਡਾ ਤੋਂ ਬੈਠ ਕੇ ਇਸ ਨੂੰ ਸਾਰੇ ਨੂੰ ਚਲਾ ਰਿਹਾ ਸੀ? ਨਹੀਂ, ਦੇਖੀ ਅਸੀਂ ਕੋਈ ਅਸੰਪਸ਼ਨ ਨਹੀਂ ਕਰ ਸਕਦੇ। ਹੁਣ ਕੱਲ ਪਰਚਾ ਦਰਜ ਹੋਇਆ ਹੈ, ਸਾਡੇ ਬੰਦੇ ਹਰ ਤਰ੍ਹਾਂ ਦੇ ਇਨਪੁਟ 'ਤੇ ਵਰਕ ਕਰ ਰਹੇ ਨੇ। ਜਿਹੜਾ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਸੇ ਅਸੀਂ ਜ਼ਰੂਰ ਹਰ ਜੋ ਐਂਗਲ ਹੈ ਉਹਨੂੰ ਅਸੀਂ ਵੈਰੀਫਾਈ ਕਰਾਂਗੇ। ਦੇਖੀਏ, ਵੀ ਕੈਨ ਨਾਟ ਗੋ ਇਨ ਟੂ ਅਸੰਪਸ਼ਨਸ ਜੀ। ਜੋ ਵੀ ਹੁਣ ਅਸੀਂ ਜੋ ਵੀ ਤਫਤੀਸ਼ ਕਰ ਚੁੱਕੇ ਹਾਂ ਉਹਦੇ ਵਿੱਚ ਇਹੀ ਪਤਾ ਚੱਲ ਰਿਹਾ ਹੈ ਕਿ ਇਸ ਬੰਦੇ ਦੇ ਕੋਲ ਇਹ ਸਾਰਾ ਕੁਝ ਬਰਾਮਦ ਹੋਇਆ ਹੈ।
ਤੇ ਇਹਦੇ ਨਾਲ ਦੋ ਬੰਦੂ ਦੀ ਔਰ ਸ਼ਮੂਲੀਅਤ ਆ ਰਹੀ ਹੈ। ਇਹ ਅਸੀਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿ ਕਿੱਥੋਂ ਆਈਏ ਉਹ ਸਾਰੇ ਵਿਨੇਸ਼ ਚੋਪੜਾ ਐਲੀਅਸ ਅਸ਼ੀਸ਼ ਜਿਹੜਾ ਹੈ ਫੋਰਨ ਚ ਬੈਠ ਕੇ ਪੂਰਾ ਨੈਟਵਰਕ ਚਲਾ ਰਿਹਾ ਸੀ। ਤੁਹਾਡੀ ਐਫਆਈਆਰ ਚ ਜੋ ਅਸੀਂ ਪੂਰੀ ਕੰਮ ਕਰ ਰਹੇ ਹਾਂ ਨਾ ਜੋ ਕਾਰਵਾਈ ਜੋ ਅਸੀਂ ਕਾਰਵਾਈ ਕਰ ਰਹੇ ਨੇ ਉਹ ਅਸੀਂ ਦਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਰਾਈਟ। ਤੇ ਅਸੀਂ ਇੱਥੇ ਤੇ ਲਿੰਕੇਜਸ ਤੁਹਾਨੂੰ ਨਹੀਂ ਦੇ ਸਕਦੇ ਜਿਵੇਂ ਜੋ ਮੈਂ ਸ਼ੇਅਰ ਕਰ ਰਹੀ ਹਾਂ, ਲੈਟ ਅਸ ਸ਼ੇਅਰ ਇਟ ਜੀ ਪਲੀਜ਼। ਮੈਂ ਕਿੰਨੀ ਉਮਰ ਦਾ ਔਰ ਕਿੰਨਾ ਪੜਿਆ ਲਿਖਿਆ ਜਿਹੜਾ ਪੜਿਆ ਹੋਇਆ? ਇਹ ਬੰਦਾ 27-28 ਸਾਲ ਦਾ ਹੈ ਟੋਟਲ, ਅਭੀ ਕਲਾਸ 12th ਪਾਸ ਹੈ। ਤੇ ਇਹਨੇ ਜੋ ਪੂਰੀ ਇਸਦੀ ਐਜੂਕੇਸ਼ਨ ਹੈ ਉਹ ਵੀ ਸਿਟੀ ਫਿਰੋਜ਼ਪੁਰ ਏਰੀਆ ਸੇ ਹੀ ਹੋਈ ਹੈ ਜੀ। ਮੈਡਮ ਅਸ਼ੀਸ਼ ਔਰ ਸੇਠੀ ਦੇ ਉੱਪਰ ਕੋਈ ਪਹਿਲਾ ਮੁਕੱਦਮਾ? ਇਸ ਤੋਂ ਇਲਾਵਾ ਜਿਹੜੇ ਬਾਕੀ ਅਕਿਊਜ਼ਡ ਹੈ, ਆਈ ਐਮ ਰਿਪੀਟਿੰਗ ਅਗੇਨ, ਹੈ ਨਾ, ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ। ਉਸ ਤੋਂ ਬਾਅਦ ਉਹਨਾਂ ਦੀ ਡਿਟੇਲ ਆਪਦੇ ਨਾਲ ਅਸੀਂ ਸ਼ੇਅਰ ਕਰਾਂਗੇ। ਮੈਂ ਸ਼ੁਰੂਆਤੀ ਜਾਂਚ ਵਿੱਚ ਤੁਸੀਂ ਲਿਖਿਆ ਮਤਲਬ ਸੀਮਾ ਪਾਰ ਤੋਂ ਜਿਹੜੀ ਹੀਰੋਇਨ ਆਈ ਸੀ, ਮਤਲਬ ਕਿ ਇਸ ਤੇ ਵੀ ਜਾਂਚ ਹੋਈ? ਦੇਖਿਏ, ਅਸੀਂ ਜੋ ਵੀ ਮੈਟਰ, ਆਈ ਐਮ ਰਿਪੀਟਿੰਗ ਅਗੇਨ, ਸਾਰਿਆਂ ਨੂੰ ਰਿਕੁਐਸਟ ਹੈ ਜੋ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈ, ਹੈ ਨਾ, ਜੋ ਵੀ ਸਾਡੇ ਤੱਥ ਹੈ ਉਸ 'ਤੇ ਅਜ਼ਿਊਮ ਨਾ ਕੀਤਾ ਜਾਏ ਕਿੱਥੋਂ ਆਈ ਹੈ ਕੀ ਗਈ ਹੈ, ਉਹ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ, ਵੈਰੀਫਾਈ ਹੋਣ ਤੋਂ ਬਾਅਦ ਹੀ ਦੱਸਾਂਗੇ ਜੀ। ਥੈਂਕ ਯੂ।